ਸਤਿ ਸ਼੍ਰੀ ਅਕਾਲ ਜੀ, ਆਓ ਦਰਸ਼ਨ ਕਰੀਏ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੋਣਾ ਸਾਹਿਬ ਜੀ ਵਾਲਿਆਂ ਦੀਆਂ ਇੱਕ ਪਿੰਡ ਜੋ ਕਿ ਰਾਜੀਆ ਪਿੰਡ ਹੈ, ਉੱਥੇ ਐਨਕਾਂ ਰੱਖੀਆਂ ਹੋਈਆਂ ਨੇ ਅਤੇ ਆਓ ਤੁਹਾਨੂੰ ਉਹਨਾਂ ਐਨਕਾਂ ਦੇ ਦਰਸ਼ਨ ਕਰਾਉਂਦੇ ਹਾਂ। ਹੂ ਬਹੂ ਉਹੀ ਐਨਕਾਂ ਜਿਹੜੀਆਂ ਸੰਤ ਅਤਰ ਸਿੰਘ ਮਹਾਰਾਜ ਜੀ ਦੇ ਲਗਭਗ ਆ ਸਾਰੇ ਸਰੂਪਾਂ 'ਤੇ ਲੱਗੀਆਂ ਹੁੰਦੀਆਂ ਨੇ। ਸਾਨੂੰ ਇਹ ਨਹੀਂ ਪਤਾ ਕਿ ਜਿਹੜੀਆਂ ਇਹਨਾਂ ਐਨਕਾਂ ਦੀਆਂ ਡੰਡੀਆਂ ਨੇ ਵੀ ਇਹ ਸੋਨੇ ਦੀਆਂ ਨੇ ਜਾਂ ਕਿਸੇ ਹੋਰ ਧਾਤ ਦੀਆਂ ਨੇ, ਪਰ ਵੇਖਣ ਨੂੰ ਬਿਲਕੁਲ ਇਹ ਸੋਨੇ ਦੀਆਂ ਲੱਗਦੀਆਂ ਨੇ। ਹੋਰ ਵੀ ਕਾਫੀ ਸਾਰੀਆਂ ਨਿਸ਼ਾਨੀਆਂ ਨੇ ਸੰਤ ਅਤਰ ਸਿੰਘ ਮਹਾਰਾਜ ਦੀਆਂ ਇਸ ਪਰਿਵਾਰ ਕੋਲ। ਅੱਗੇ ਅੱਗੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅਤੇ ਹੁਣ ਆਪਾਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਂਦੇ ਹਾਂ। ਸੰਤ ਅਤਰ ਸਿੰਘ ਮਹਾਰਾਜ ਦਾ ਤੁਸੀਂ ਜਿਹੜਾ ਸਰੂਪ ਦੇਖ ਰਹੇ ਹੋ ਨਾ, ਸਰੂਪ ਦੇ ਉੱਤੇ ਇਹੀ ਐਨਕਾਂ ਲੱਗੀਆਂ ਹੋਈਆਂ ਨੇ। ਕਈ ਮੇਰੇ ਵੀਰ ਕਹਿ ਦੇਣਗੇ ਵੀ ਇਹ ਤਾਂ ਯਾਰ ਕਿਤੇ ਹੋਰ ਨਾ ਹੋਣ। ਆਹ ਦੇਖ ਸਕਦੇ ਹੋ ਤੁਸੀਂ ਤਸਵੀਰ ਦੇ ਵਿੱਚ, ਸੰਤ ਅਤਰ ਸਿੰਘ ਮਹਾਰਾਜ ਜੀ ਦੇ ਹੂ ਬਹੂ ਇਹੀ ਐਨਕਾਂ ਲੱਗੀਆਂ ਹੋਈਆਂ ਨੇ। ਆਹ ਇੱਕ ਵਾਰ ਫਿਰ ਤੋਂ ਦੇਖ ਲਓ, ਇਹੀ ਐਨਕਾਂ ਇਹਨਾਂ ਦੇ ਸਰੂਪ 'ਤੇ ਲੱਗੀਆਂ ਹੋਈਆਂ ਨੇ। ਅਤੇ ਆਹ ਇੱਕ ਇਸ ਪਰਿਵਾਰ ਕੋਲ ਸੰਤ ਅਤਰ ਸਿੰਘ ਮਹਾਰਾਜ ਜੀ ਦੀ ਬਹੁਤ ਜ਼ਿਆਦਾ ਪੁਰਾਣੀ ਤਸਵੀਰ ਹੈ। ਇਹਨਾਂ ਦਾ ਪੁਰਾਣਾ ਘਰ ਹੁੰਦਾ ਸੀ ਧਨੌਲੇ, ਅਤੇ ਇਸ ਤਸਵੀਰ ਦੇ ਵਿੱਚ ਵੀ ਉਹੀ ਐਨਕਾਂ ਸੰਤ ਜੀ ਦੇ ਲੱਗੀਆਂ ਹੋਈਆਂ ਨੇ। ਇਹ ਇਹਨਾਂ ਦਾ ਧਨੌਲੇ ਘਰ ਸੀ, ਉੱਥੇ ਸੰਤ ਜੀ ਦੀ ਇਹਨਾਂ ਦੇ ਘਰ ਦੇ ਵਿੱਚ ਫੋਟੋ ਹੈ। ਅਤੇ ਇੱਕ ਗਿਫਟ ਸੰਤ ਜੀ ਨੂੰ ਹੋਰ ਸੀ, ਜੋ ਸੰਤ ਜੀ ਨੇ ਇਸ ਪਰਿਵਾਰ ਨੂੰ ਗਿਫਟ ਦਿੱਤਾ, ਇਹ ਰਫਲ, ਪਠਾਣੀ ਰਫਲ ਕਹਿੰਦੇ ਨੇ ਇਸ ਨੂੰ, ਜੋ ਲਗਭਗ 300-400 ਸਾਲ ਪੁਰਾਣੀ ਹੈ। ਇਹ ਰਫਲ ਵੀ ਇਸ ਪਰਿਵਾਰ ਕੋਲ ਮੌਜੂਦ ਹੈ, ਸੰਤ ਜੀ ਦੀ ਨਿਸ਼ਾਨੀ। ਸੋ ਇਹ ਸੰਤ ਜੀ ਦੀਆਂ ਕਾਫੀ ਸਾਰੀਆਂ ਨਿਸ਼ਾਨੀਆਂ ਇਸ ਪਰਿਵਾਰ ਕੋਲ ਮੌਜੂਦ ਨੇ। ਸੰਤ ਜੀ ਦੀਆਂ ਨਿਸ਼ਾਨੀਆਂ ਨੂੰ ਇਹ ਸੇਵਾ ਰੂਪ ਦੇ ਵਿੱਚ ਸੰਭਾਲ ਰਹੇ ਨੇ। ਤਾਂ ਇਸ ਰਫਲ ਦੇ ਉੱਪਰ ਰਫਲ ਦਾ ਨਾਮ ਵੀ ਲਿਖਿਆ ਹੋਇਆ ਹੈ, ਆਰਮੀ ਨੇਵੀ, ਮਤਲਬ ਕਿ ਇਸ ਰਫਲ ਦਾ ਨਾਮ ਹੈ। ਅਤੇ ਲੰਡਨ ਦੀ ਇਹ ਬਣੀ ਹੋਈ ਹੈ, ਬਹੁਤ ਪੁਰਾਣੀ ਰਫਲ ਹੈ ਅਤੇ ਬੜੀ ਸੋਹਣੀ ਅਤੇ ਬੜੀ ਹੌਲੀ ਹੈ, ਬਾ ਕਮਾਲ ਹੈ। ਹਰ ਵਾਰੀ ਇਸ ਰਫਲ ਨੂੰ ਮਤਲਬ ਕਿ ਸਾਫ਼ ਸਫਾਈ ਕੀਤੀ ਜਾਂਦੀ ਹੈ ਅਤੇ ਇਹਦਾ ਲਾਇਸੈਂਸ ਰਿਨਿਊ ਕਰਵਾਇਆ ਜਾਂਦਾ ਹੈ। ਅਤੇ ਵੋਟਾਂ ਵੇਲੇ ਇਹਨੂੰ ਉਸੇ ਤਰ੍ਹਾਂ ਜਿਵੇਂ ਆਪਾਂ ਆਪਣੇ ਘਰਾਂ ਦੀਆਂ ਰਫਲਾਂ ਨੂੰ ਜਮ੍ਹਾਂ ਕਰਵਾ ਕੇ ਆਉਂਦੇ ਹਾਂ, ਇਸ ਰਫਲ ਨੂੰ ਵੀ ਥਾਣੇ ਦੇ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਅਤੇ ਥਾਣੇ ਦੇ ਵਿੱਚ ਬਾਅਦ ਦੇ ਵਿੱਚ ਘਰ ਲਿਆਂਦਾ ਜਾਂਦਾ ਹੈ। ਅਤੇ ਪਰਿਵਾਰ ਦੇ ਜਿਹੜਾ ਇਸ ਰਫਲ ਦਾ ਲਾਇਸੈਂਸ ਸੀਗਾ, ਉਹ ਹੁਣ ਪਰਿਵਾਰ ਦੇ ਇੱਕ ਮੈਂਬਰ ਦੇ ਮੌਜੂਦ ਹੈ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਅੱਗੇ ਹੋਰ ਵੀਡੀਓ 'ਚ ਦੇਖਣ